ਜੀ ਅਸਲਾਮ ਵਾਲੇਕਮ ਸਾਰਿਆਂ ਦੋਸਤਾਂ ਵੀਰਾਂ ਨੂੰ ਜਨਾਬ ਕੀ ਹਾਲ ਚਾਲ ਹੈ ਜੀ ਆ ਇੱਕ ਵਾਰੀ ਫਿਰ ਬਿੱਲੇ ਸ਼ੋਰ ਜੋੜੇ ਦਾ ਸ਼ੋਅ ਕਰੋ ਇਸ ਤੋਂ ਪਹਿਲਾਂ ਵੀ ਤੁਹਾਨੂੰ ਇੱਕ ਦੋ ਵਾਰੀ ਜੋੜੇ ਦਾ ਸ਼ੋਅ ਕਰਵਾਇਆ ਫਿਰ ਕੋਈ ਐਤਕੀ ਬੱਚਾ ਕਿੰਨਾ ਕੱਢਿਆ ਨਾ ਪਹਿਲਾਂ ਦੋ ਝੋਲੀਆਂ ਇਹਨਾਂ ਦੇ ਬੱਚੇ ਨਿਕਲੇ ਹਨ ਇੱਕ ਵਾਰੀ ਕਲਪਰੇ ਨਿਕਲੇ ਹਨ ਦੂਸਰੀ ਝੋਲੀ ਦੇ ਸਫੈਦ ਚਿੱਟੇ ਤੁਹਾਨੂੰ ਸ਼ੋਅ ਕਰਵਾਇਆ ਸੀ ਉਹਨਾਂ ਦਾ ਐਤਕੀ ਬੱਚਾ ਵੇਖੋ ਐਤਕੀ ਕਾਲਾ ਫੁੱਲਾ ਬੱਚਾ ਕੱਢਿਆ ਨੇ ਚੀਨਾ ਦਿਆ ਇਹ ਜੋੜਾ ਵੇਖੋ ਸਾਡਾ ਹਰ ਵਾਰੀ ਰੰਗ ਫੇਰ ਕੇ ਬੱਚੇ ਕੱਢਦਾ ਵੇਖੋ ਬਿਸਮਿਲਲਾ ਇਹ ਨਰਜ ਅਤੇ ਪਿੱਛੋਂ ਇਹ ਜੌਂਸਰੀ ਮਾਤਾ ਪਹਿਲਾਂ ਜਿਹੜੀ ਝੋਲੀ ਬੱਚਿਆਂ ਦੀ ਸੀ ਉਹ ਸਾਡਾ ਹੀ ਸੀ ਬੜੇ ਜ਼ਬਰਦਸਤ ਉੱਡੇ ਹਨ ਅਤੇ ਦੂਸਰੀ ਝੋਲੀ ਬਿਲਕੁਲ ਚਿੱਟੇ ਸਫੈਦ ਕੱਢੇ ਹਨ ਉਹਦੇ 'ਚ ਇੱਕ ਮਰ ਗਿਆ ਸੀ ਅਤੇ ਇੱਕ ਜਿਹੜਾ ਸੀ ਉਹ ਸਾਨੂੰ ਗਿਫਟ ਕਰ ਦਿੱਤਾ ਸੀ ਅਮਜਦ ਭਾਈ ਨੂੰ ਅਤੇ ਹੁਣ ਫਿਰ ਇਹਨਾਂ ਬੱਚਾ ਕੱਢਿਆ ਅਤੇ ਮੈਂ ਅੱਜ ਬੱਚਾ ਵੇਖਿਆ ਮੈਂ ਆਖਿਆ ਦੋਸਤਾਂ ਮੇਰਾ ਨਾਲ ਸ਼ੌਕ ਵੀ ਕਰਵਾਵਾਂ ਅਤੇ ਵਹਾਵਾਂ ਬੱਚਿਆਂ ਨਾਲ ਕਹਿੰਦਾ ਕੱਢਿਆ ਕਮੈਂਟ ਜ਼ਰੂਰ ਕਰਿਓ ਕੋਈ ਤੁਹਾਡੇ ਕੋਲ ਵੀ ਐਂ ਦਾ ਜੋੜਾ ਹੈ ਜਿਹੜਾ ਬੱਚੇ ਹਰ ਵਾਰੀ ਹੋਰ ਕਲਰ 'ਚ ਕੱਢਦਾ ਉਹਦੀ ਫੋਟੋ ਸੈਂਡ ਕਰਿਓ ਇਹ ਕਿਹੇ 'ਚ ਆਹ ਜੋੜਾ ਲਾਇਆ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਅਤੇ ਦੋਸਤਾਂ ਨਾਲ ਅੱਗੇ ਸ਼ੇਅਰ ਵੀ ਕਰਿਓ ਲਾਸਟ 'ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ 'ਤੇ ਜ਼ਰੂਰ ਹੱਥ ਲਾ ਛੱਡਿਓ ਲੇਟੈਸਟ ਵੀਡੀਓ ਵੇਖਣ ਵਾਸਤੇ ਇਨਸ਼ਾਅੱਲਾ ਮਿਲਣੇ ਅਗਲੀ ਵੀਡੀਓ 'ਚ ਅੱਲਾ ਹਾਫਿਜ਼।